ਕੋਈ ਹਾਲ ਨਹੀਂ, ਇਹ ਦਰਦ ਮੇਰੀ ਜਾਨ ਲੈ ਕੇ ਰਹੂਗੀ। ਕਿੱਥੇ ਜਾਵਾਂ? ਆ ਗਈ ਸੋਨੂੰ? ਚਾਹ ਬਣਾ ਲਿਆ। ਚਾਹ? ਯਾਰ ਮੇਰੇ ਦਰਦ ਹੀ ਬੜੀ ਹੁੰਦੀ ਵੀ, ਕੋਈ ਫਰਕ ਹੀ ਨਹੀਂ ਪੈਂਦਾ ਪਿਆ। ਇੱਥੋਂ ਵੀ ਮੈਡੀਸਿਨ ਖਾਧੀ ਹੈ, ਕੋਈ ਫਰਕ ਹੀ ਨਹੀਂ ਪੈਂਦਾ। ਚਾਹ ਦੀ ਕਿਹੜੀ ਗੱਲ, ਚਾਹ ਦੀ ਮੈਂ 2 ਮਿੰਟ 'ਚ ਬਣਾ ਲਿਆਉਣੀ ਸੀ, ਤਾਂ ਮੇਰੇ ਕੋਲ ਖੜੀ ਵੀ ਨਹੀਂ ਹੋ ਜਾਂਦਾ। ਤੁਰਨ 'ਚ ਵੀ ਇੰਨੀ ਮੁਸ਼ਕਲ ਹੁੰਦੀ ਵੀ ਹੁਣ ਤਾਂ। ਮੈਂ ਨਾ ਸੁਣਿਆ ਮੈਂ ਪਿੰਡ ਵਿੱਚ ਨਾ ਕੋਈ ਮਲਦੇ ਵੀ ਹੈ, ਕਹਿੰਦੇ ਉੱਥੇ ਲੱਤ ਮਲਾਓ ਠੀਕ ਹੋ ਜਾਂਦੀ ਹੈ, ਫਿਰ ਤੰਦਰੁਸਤ ਹੋ ਜਾਂਦਾ ਬੰਦਾ। ਮਲਦੀ ਹੈ ਤਾਂ ਗੁਰਬੀ ਤੂੰ ਮਲਾ ਲਿਆ, ਵਿਖਾ ਲਿਆ, ਰੋਜ਼ ਲੱਤ ਫੜ ਕੇ ਬਹਿ ਜਾਂਦੀ ਹੈ। ਹੈਂ? ਮਲਾ ਤਾਂ ਲਿਆਵਾਂ, ਪਰ ਤੁਰਦਾ ਕੌਣ ਨਾਲ ਹੈ? ਤੁਹਾਨੂੰ ਕਿੰਨੀ ਵਾਰੀ ਮੈਂ ਕਿਹਾ ਕਿ ਚੱਲ ਪਓ ਮੇਰੇ ਨਾਲ, ਚੱਲ ਪਓ ਮੇਰੇ ਨਾਲ। ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਆਪਣੀ ਵੋਟੀ ਵਾਸਤੇ ਟਾਈਮ ਹੀ ਨਹੀਂ ਹੁੰਦਾ। ਤੈਨੂੰ ਬਸ ਮੈਂ ਦੀਦਾ ਵਾਂ, ਮੈਂ ਸਵੇਰੇ ਜਾਂਦਾ ਤੇ ਸ਼ਾਮੀ ਆਉਣਾ ਵਾਂ। ਤੈਨੂੰ ਚੰਗਾ ਭਲਾ ਪਤਾ ਵੀ ਆ ਮੈਂ ਕੰਮ ਤੇ ਛੁੱਟੀ ਨਹੀਂ ਕਰ ਸਕਦਾ। ਜੇ ਛੁੱਟੀ ਕਰੂੰ ਤੇ ਆਪਣਾ ਗੁਜ਼ਾਰਾ ਕਿੱਦਾਂ ਹੋਊਗਾ? ਉਦਾਂ ਦੇ ਬੜਾ ਚੱਲ ਜਾਂਦੀ ਆਪਣੀ ਸਹੇਲੀਆਂ ਨਾਲ ਬਹਿ ਬਹੁ ਕੇ। ਹੁਣ ਹੀ ਤੇਰੇ ਆਖੇ ਲੱਗੀਆਂ, ਤੈਨੂੰ ਲੋੜ ਪਈ ਹੈ ਤੇ ਕੀਤਾ। ਉਹ ਰੁੜ ਜਾਣੀਆਂ ਨੂੰ ਵੀ ਫੋਨ ਕੀਤਾ, ਸਹੇਲੀਆਂ ਨੂੰ ਕਿੱਤੀ ਵਾਰੀ ਨਾ ਫਟਾਫਟ ਫੋਨ ਚੁੱਕਦੀਆਂ ਸੀ ਤੇ ਝਟਪਟ ਗੱਡੀ ਲੈ ਵੀ ਆਉਂਦੀਆਂ ਸੀ ਤੇ ਲੈ ਵੀ ਜਾਂਦੀਆਂ ਸੀ। ਤੇ ਹੁਣ ਕਿੰਨੀ ਵਾਰੀ ਫੋਨ ਕੀਤਾ ਮੈਂ ਕਿਹਾ ਮੇਰੇ ਨਾਲ ਚੱਲ ਪਓ, ਇੱਕ ਵਾਰੀ ਦਵਾਈ ਲੈ ਆਵਾਂ, ਤੇ ਪਿੰਡ 'ਚ ਕਿਤੇ ਦੂਰ ਹੈਗਾ ਤੇ ਗੱਡੀ 'ਚ ਨਾਲੇ ਪਤਾ ਵੀ ਲੱਗ ਜਾਂਦਾ ਸਹੀ ਰਸਤਿਆਂ ਦਾ। ਮੈਂ ਕਿੱਥੇ ਧੱਕੇ ਖਾਂਦੀ ਰਵਾਂਗੀ ਬੱਸਾਂ ਦੇ, ਤੇ ਉਹ ਤੇ ਕੋਈ ਜਾਣੂ ਤਿਆਰ ਹੀ ਨਹੀਂ। ਹੁਣ ਪਤਾ ਲੱਗ ਗਿਆ ਨਾ ਤੇਰੀਆਂ ਸਹੇਲੀਆਂ ਕਿੱਦਾਂ ਦੀਆਂ ਵਾ। ਉਹੀ ਨਾ, ਦੁੱਖ ਵੇਲੇ ਕੌਣ ਸਾਥ ਨਿਭਾਉਂਦਾ, ਉਹੀ ਸਹੇਲੀਆਂ ਲਾਗੇ ਨਹੀਂ ਲੱਗਦੀਆਂ। ਆਪਣੇ ਦੀ ਮਿੰਟ ਨਹੀਂ ਲਾਉਂਦੀ ਤੇ ਤਿਆਰ ਹੋਣ ਗਈ। ਮੇਰੀ ਸਹੇਲੀ ਦਾ ਫੋਨ ਆ ਗਿਆ, ਮੈਂ ਫਲਾਣੀ ਜਗ੍ਹਾ ਜਾਣਾ, ਕਿਸੇ ਹੋਟਲ 'ਚ ਜਾਣਾ, ਕਦੇ ਪੀਜ਼ਾ ਖਾਣ ਜਾਣਾ ਜਾਂ ਆਈਸਕ੍ਰੀਮ ਖਾਣ ਜਾਣਾ। ਤਾਂ ਹੁਣ ਪਤਾ ਲੱਗਿਆ ਕਿੱਦਾਂ ਦੀਆਂ ਸਹੇਲੀਆਂ? ਹੁਣ ਮੈਂ ਕੀ ਕਰ ਸਕਦੀ ਹਾਂ, ਨਹੀਂ ਕੰਮ ਆਉਂਦੀ ਆ, ਹਰ ਕਿਸੇ ਦਾ ਦਿਲ ਥੋੜੀ ਮੇਰੇ ਵਰਗਾ। ਮੇਰੀ ਗੱਲ ਸੁਣ, ਜੇ ਕੋਈ ਨਹੀਂ ਨਾ ਆਖੇ ਲੱਗਦਾ ਤੇ ਇਕੱਲੀ ਬੱਸ ਤੇ ਔਖੀ ਸੌਖੀ ਹੋ ਕੇ ਬਹਿ ਕੇ ਤੇ ਚੱਲ ਜਾ। ਮੈਨੂੰ ਨਾ ਡੀਕਿਆ ਕਰ, ਮੈਂ ਤਾਂ ਸ਼ਾਮ ਨੂੰ ਨਾ ਹਨੇਰੇ ਹੋਏ ਖਾ ਪੀਏ। ਬੱਸ 'ਤੇ ਮੈਨੂੰ ਕੀ ਪਤਾ ਕਿਹੜੀ ਬੱਸ ਕਿਹੜੇ ਦੀ ਪਿੰਡ ਨੂੰ ਜਾਂਦੀ, ਕਿਹੜੀ ਬੱਸ ਕਿਹੜੇ। ਉੱਥੇ ਤਾਂ ਇੰਨੀਆਂ ਹਜ਼ਾਰਾਂ ਬੱਸਾਂ ਲੱਗੀਆਂ ਹੁੰਦੀਆਂ ਬੱਸ ਸਟੈਂਡ, ਮੈਂ ਤਾਂ ਵੈਸੇ ਕਮਲੀ ਹੋ ਜਾਂਦੀ ਨਾ। ਬਾਬਾ ਮਹਾਰਾਜ ਨੇ ਜ਼ਬਾਨ ਵੀ ਦਿੱਤੀ ਹੈ ਨਾ ਕਿ ਇਹਨੂੰ ਪੁੱਛ ਲਈਦਾ। ਹੁਣ ਜਿੱਦਾਂ ਤੈਨੂੰ ਪਤਾ ਲੱਗ ਗਿਆ ਵੀ ਫਲਾਣੀ ਜਗ੍ਹਾ ਮਲਦਾ ਵਾ, ਤੇ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਵੀ ਅਸੀਂ ਫਲਾਣੀ ਜਗ੍ਹਾ ਜਾਣਾ, ਸਾਨੂੰ ਮਜਬੂਰੀ ਜਾਣਾ ਪੈਣਾ। ਪਿੰਡ ਦੇ ਰਸਤੇ ਕਿੱਥੇ ਪਤਾ ਲੱਗਦੇ, ਕੋਈ ਗਲੀਆਂ ਦਾ ਕੋਈ ਉਹਨਾਂ ਦਾ, ਸਾਰੇ ਪਾਸੇ ਪਹਿਲੀਆਂ ਹੀ ਪਹਿਲੀਆਂ ਹੁੰਦੀਆਂ, ਮੈਨੂੰ ਕੀ ਪਤਾ ਲੱਗਣਾ ਕਿਹੜਾ ਪਿੰਡ ਕਿਹੜੀ ਜਗ੍ਹਾ। ਮੇਰੀ ਗੱਲ ਸੁਣ, ਇੱਕ ਵਾਰੀ ਚੱਲ ਜੀ ਨਾ, ਵੀ ਨਾਲ ਤਾਂ ਹੀ ਸਹੀ ਲੱਗਦਾ। ਇੱਕ ਵਾਰੀ ਚੱਲ ਜੀ ਨਾ, ਬਾਅਦ ਚਾਪੇ ਪਤਾ ਲੱਗ ਜਾਂਦਾ ਪਹਿਲਾਂ ਪੁੱਛ-ਪੁੱਛ ਕੇ ਜਾਂਦਾ ਜਾਣਾ ਪੈਂਦਾ। ਮੈਂ ਇਹੀ ਹੋ ਗਿਆ, ਇੱਕ ਵਾਰੀ ਤੁਸੀਂ ਨਾਲ ਚੱਲ ਪਓਗੇ ਤੇ ਉਹੀ ਵਧੀਆ। ਜਨਾਨੀ ਆ ਮੈਂ, ਕਿੱਥੇ ਬੱਸਾਂ ਤੱਕ ਕਿਹਾ ਮੈਂ ਕਿੱਦਾਂ ਸਮਝਾਵਾਂ, ਮੈਂ ਤੇ ਸ਼ਾਮ ਨੂੰ ਆਉਣਾ ਸਵੇਰੇ ਜਾਣਾ ਹੁੰਦਾ ਵਾ। ਪਰ ਤੁਹਾਨੂੰ ਇੱਕ ਦਿਨ ਨਾ ਕੱਢਣਾ ਹੀ ਪੈਣਾ ਡਾਈ, ਜਿਵੇਂ ਮਰਜ਼ੀ ਤੁਹਾਨੂੰ ਮੇਰੀ ਦਵਾਈ ਲਿਆ ਕੇ ਦਿਓ, ਉੱਥੇ ਮਿਲਾ ਕੇ ਲਿਆਓ, ਵੇਖੋ ਕੀ ਪ੍ਰੋਬਲਮ ਪੈ ਗਈ। ਮੈਨੂੰ ਤੇ ਟੈਨਸ਼ਨ ਹੀ ਖਾਈ ਜਾਂਦੀ ਵੀ ਮੈਂ ਆਪਣੇ ਸਰੀਰਕ ਤੌਰ ਤੇ ਮੈਂ ਠੀਕ ਨਹੀਂ ਗੀ। ਤੁਸੀਂ ਮੈਨੂੰ ਤੁਹਾਡਾ ਫਰਜ਼ ਬਣਦਾ ਕਿ ਮੇਰੇ ਨਾਲ ਤੁਰਨਾ। ਨਾਲੇ ਮੇਰੀ ਗੱਲ ਸੁਣ, ਰੋਏ ਕਰ ਮੇਰੇ ਨੂੰ, ਰੋ ਰੂ ਕੇ ਨਾ ਵਿਖਾ ਦਿਆ ਕਰ, ਲੱਤ ਲੁੱਤ ਆਪਣੀ ਵਿਖਾ ਕੇ ਲਿਆ ਤੇ ਠੀਕ ਹੋ। ਮੈਂ ਤੇ ਛੁੱਟੀ ਵਾਲੇ ਦਿਨ ਵੀ ਕੰਮ ਤੇ ਜਾਣ ਡਿਆ ਵਾਂ, ਤੈਨੂੰ ਇਹ ਨਹੀਂ ਪਤਾ ਲੱਗਦਾ? ਤੇਰੇ ਖਾਨੇ 'ਚ ਗੱਲ ਪੈਂਦੀ ਨਹੀਂ, ਸਗੋਂ ਮੀਂਹ ਮੀਂਹ ਕਰਕੇ ਮੈਨੂੰ ਵਿਖਾ ਦਿੰਦੀ ਗਾੜੀਆਂ। ਬੰਦੇ ਦਾ ਕੰਮ ਹੈ ਵੀ ਉਹਨੂੰ ਨਹੀਂ ਟਾਈਮ ਲੱਗਦਾ, ਮੇਰੇ ਘਰ ਵਾਲੇ ਕਹਿੰਦੇ ਮੈਨੂੰ ਆਪ ਜਾਣਾ ਪੈਣਾ ਵਾ, ਆਪ ਚੱਲ ਜਾ ਕਦੇ। ਆਟੋ ਰਿਕਸ਼ੇ ਥੋੜ੍ਹੇ ਆ, ਤੂੰ ਮੈਨੂੰ ਉਡੀਕਦੀ ਰਹਿੰਦੀ ਹੈ। ਮੈਂ ਤਾਂ ਛੁੱਟੀ ਵਾਲੇ ਦਿਨ ਟਾਈਮ ਨਹੀਂ ਲੱਗਦਾ ਮੈਨੂੰ, ਤੈਨੂੰ ਪਤਾ ਵੀ ਹੈਗਾ ਵਾ। ਟਾਈਮ ਨਹੀਂ ਲੱਗਦਾ, ਥੋੜ੍ਹਾ ਟਾਈਮ ਕੱਢ ਲਿਆ ਕਰੋ, ਉੱਥੇ ਛੁੱਟੀ ਲੈ ਲਓ ਇੱਕ ਦਿਨ ਤੇ ਕੀ ਹੋ ਜਾਏਗਾ, ਆਪਣੀ ਵੋਟੀ ਦਾ ਇਲਾਜ ਕਰਨ ਤੁਰਨਾ ਕੀ ਹੋਰ। ਓਏ ਇੱਕ ਦਿਨ ਛੁੱਟੀ ਲੈ, ਕਿੱਥੇ ਜਾਂਦੀ ਗੱਡੀ, ਸਰਕਲ ਚੱਲ ਜਾਊਗਾ ਘਰ ਦਾ। ਉਹ ਤਾਂ ਮੈਨੂੰ ਪਤਾ ਵਾ ਕਿੱਦਾਂ ਮੈਂ ਓਵਰ ਟਾਈਮ ਲਾ ਲਾ ਕੇ ਆਪਣਾ ਟਾਈਮ ਸਾਰਨ ਡਿਆ ਵਾਂ। ਅਗਲੇ ਇੱਕ ਛੁੱਟੀ ਨਹੀਂ ਦਿੰਦੇ, ਉਹ ਬਹਾਨਾ ਲੱਭਦੇ ਆ, ਕਹਿੰਦੇ ਨਹੀਂ ਆਉਣਾ ਤੇ ਬਰਾਤ ਦੀ ਛੁੱਟੀ ਪੱਕੀ। ਫਿਰ ਮੈਂ ਵੀ ਟਾਈਮ ਹੀ ਸਾਂਤੀ ਵੀ ਆ, ਇਹੋ ਤੇਰੀ ਜ਼ਬਾਨ ਹੀ ਗਾੜੀ ਆਉਂਦੀ ਆ ਜਿਹੜਾ ਬੋਲਦੀ ਤੂੰ।
ਤੇਰੇ ਪਿਆਰ ਨਾਲ ਤੈਨੂੰ ਕਿਹਾ ਸਮਝ ਲਾ ਗੱਲ। ਚੱਲ ਜਾਵਾਂਗੀ, ਨਾ ਟੈਨਸ਼ਨ ਲਓ, ਮੈਂ ਆਪੇ ਚੱਲ ਜਾਵਾਂਗੀ। ਮੇਰੇ ਤੇ ਪਈ ਨਾ, ਮੇਰੇ ਤੇ ਮੁਸੀਬਤ ਹੈਗੀ ਹੈ, ਮੈਂ ਆਪੇ ਚੱਲ ਜਾਵਾਂਗੀ, ਤੁਹਾਨੂੰ ਕੋਈ ਲੋੜ ਨਹੀਂ ਮੇਰੇ। ਤੈਨੂੰ ਜਾਣਾ ਪੈਣਾ ਵਾ, ਮੇਰੇ ਲੋ ਬੱਸ ਤੇ ਜਾ ਤੇ ਆਟੋ ਜਾ, ਭਾਵੇਂ ਇੱਕ ਲੱਤ ਤੇ ਜਾ ਤੂੰ, ਤੈਨੂੰ ਜਾਣਾ ਪੈਣਾ ਵਾ। ਸਾਨੂੰ ਮਜ਼ਬੂਰੀ ਆ, ਤੇਰੇ ਵੱਲੋਂ ਮੈਂ ਲੰਗੜੀ ਵੀ ਹੋਇਆ, ਤੈਨੂੰ ਕੀ ਹੈ, ਤੈਨੂੰ ਕੀ ਫਰਕ ਪੈਂਦਾ। ਉਹ ਮੈਂ ਤੇਰਾ ਹੀ ਭਲਾ ਸੋਚਣ ਡਿਆ ਵਾ। ਮੇਰੇ ਨਾਲ ਲੜਨਾ ਤੂੰ, ਜਦੋਂ ਤੂੰ ਆਂਦਾ ਲੜਨ ਹੀ ਆਉਂਦਾ। ਬੰਦਾ ਆਂਦਾ ਆਦਮੀ ਗੱਲ ਸਵਾਦ ਦੀ ਚਾਹ ਕਰੀਗਾ, ਪੈਂਦਾ ਕੋਈ ਪਿਆਰ ਦੀ ਗੱਲਾਂ ਕਰਦਾ। ਤੇਰੇ ਕੋਲ ਲੜਾਈ ਤੋਂ ਸਿਵਾ ਹੈ ਹੀ ਨਹੀਂ ਕੁਛ ਮੇਰੇ ਵਾਸਤੇ। ਕੋੜੇ ਬੋਲ ਹੀ ਤੂੰ ਬੋਲਦਾ, ਜਦੋਂ ਵੀ ਆਂਦਾ ਤੇਰੇ ਜ਼ਬਾਨ ਚੋਂ ਕਦੀ ਮਿੱਠੇ ਦੋ ਲਫ਼ਜ਼ ਨਹੀਂ ਨਿਕਲੇ ਅਜੇ ਤੱਕ। ਉਹ ਮਿੱਠਾ ਤੂੰ ਬੋਲਿਆ ਕਦੀ? ਨਾ ਮਿੱਠਾ ਖਾਦਾ ਤੇ ਨਾ ਕਦੀ ਮਿੱਠਾ ਬੋਲਿਆ। ਮੈਂ ਤੇ ਲੜਨ ਆਪੇ ਪੈਣਾ ਵਾ, ਤੈਨੂੰ ਇਹ ਨਹੀਂ ਪਤਾ ਵੀ ਔਖੀ ਸੌਖੀ ਹੈ, ਕਿਤੇ ਪਾਣੀ ਫੜ ਲਾ, ਚਾਹ ਬਣਾ ਲਾ। ਤੂੰ ਪੁੱਛ ਹੀ ਲਿਆ ਫੋਕਾ ਮੈਨੂੰ, ਪਾਣੀ ਲਿਆਵਾਂ? ਮੈਨੂੰ ਪਤਾ ਵਾ ਤੈਨੂੰ ਔਖੀ ਆ। ਤੂੰ ਠੀਕ ਹੈ, ਬਾਹਰੋਂ ਆਉਂਦਾ, ਤੈਨੂੰ ਪਤਾ ਪਾਣੀ ਦਾ। ਤੂੰ ਇੱਕ ਵਾਰੀ ਆ ਕੇ ਪੁੱਛੇ ਕੀ ਹਾਲ ਚਾਲ ਹੈ ਤੇਰਾ ਗੁਰਪ੍ਰੀਤ, ਇੱਕ ਵਾਰੀ ਤੂੰ ਪੁੱਛੇ। ਮੈਂ ਠੀਕ ਹੈ ਪੁੱਛਾਂ ਜੇ ਤਾਂ ਤੇਰਾ ਤੇ ਰੋਜ਼ ਦਾ ਇਹੋ ਹਾਲ ਹੈ? ਤੇ ਫਿਰ ਤੇਰਾ ਵੀ ਪਾਣੀ ਬਿਨਾਂ ਰੋਜ਼ ਦਾ ਹੀ ਹਾਲ ਹੈ, ਉੱਠ ਕੇ ਪਾਣੀ ਨਹੀਂ ਪੀਤਾ ਇਹਨਾਂ ਆਪਣੇ ਆਪ। ਆਹੋ ਹੁਣ ਮੈਥੋਂ ਲਈ ਜਾਇਆ ਕਰਾਂ ਪਾਣੀ ਫੈਕਟਰੀ ਚੋਂ, ਜਿੱਥੇ ਮੈਂ ਜਾਣਾ ਕੰਮ ਤੇ। ਜੇ ਤੈਨੂੰ ਮੇਰਾ ਦੁੱਖ ਨਹੀਂ ਦਈਆ ਰਹਿੰਦਾ ਤੇ ਮੈਨੂੰ ਨਹੀਂ ਕਿਸੇ ਦਾ ਆਉਂਦਾ ਫਿਰ। ਆਉਂਦਾ ਨਹੀਂ ਹੈ ਫਿਰ। ਹੁਣ ਮੇਰੇ ਗਾਲੀ ਰੋਣਾ ਬਹੁਤਾ। ਚੱਲ ਛੱਡ, ਮੇਰੀ ਗੱਲ ਸੁਣ, ਆਹ ਥੋੜ੍ਹੇ ਪੈਸੇ ਹੈਗੇ ਹੀ ਤੇ ਆਪਣੀ ਦਵਾਈ ਦਾਰੂ ਲੈ ਆ, ਆਹ ਥੋੜ੍ਹੇ ਮੈਂ ਆਪਣੇ ਕੋਲ ਰੱਖ ਲਾਂ, ਤੇ ਲੋੜ ਹੀ ਪੈ ਜਾਂਦੀ ਹੈ। ਹੁਣੇ ਤਾਂ ਬੜਾ ਬੋਲਦਾ ਮੈਂ, ਹੁਣ ਪੈਸੇ ਵੀ ਦੇਣ ਲੱਗ ਪਏ। ਫਿਰ ਉਹ ਕਹਿੰਦਾ ਗੁਰਬੀਰ ਤੂੰ ਫਿਰ ਲੜਨ ਨੂੰ ਪੈਂਦੀ ਹੈ ਨਾ, ਉਹ ਤੇ ਹੱਸ ਕੇ ਫੜ ਲਾ। ਕੀ ਕਰਾਂ ਮੈਂ ਇਹਦਾ, ਆਪਣਾ ਲੱਤ ਤੇ ਸਹੀ ਕਰਾ ਆਪਣੀ, ਠੀਕ ਹੈ ਨਾ? ਚੱਲ ਠੀਕ, ਤੇ ਪਾਣੀ ਪੂਣੀ ਤੇ ਪੁੱਛ ਲਿਆ ਕਰ, ਕੋਈ ਆ ਗਿਆ ਹੋਵੇ ਤੇ ਦੇ ਦੇਣੀ ਪਾਣੀ। ਸਿੱਧੀ ਤਰ੍ਹਾਂ ਵੀ ਪਿਆਰ ਨਾਲ ਆ ਕੇ ਪੁੱਛ ਨਹੀਂ ਸਕਦਾ ਕਿ ਗੁਰਪ੍ਰੀਤ ਤੇਰੇ ਹਾਲ ਕੀ, ਇੰਨੇ ਚੀਜ਼ ਜਨਾਨੀ ਖੁਸ਼ ਹੋ ਜਾਂਦੀ ਹੈ। ਮੇਰੀ ਗੱਲ ਸੁਣ, ਸਾਰੀਆਂ ਗੱਲਾਂ ਛੱਡ, ਪਾਣੀ ਦੀ ਜਗ੍ਹਾ ਮੈਂ ਸ਼ਰਬਤ ਘੋਲ ਕੇ ਤੈਨੂੰ ਪਿਲਾ ਦਿੰਦੀ। ਤੇਰੇ ਨਾਲ ਗੱਲ ਕਰਨੀ ਇੱਕ ਬਾਬਾ, ਗੱਲ ਤਾਂ ਸੁਣ ਲਿਆ। ਦੱਸੋ ਕਿਹੜੀ ਗੱਲ ਕਰਨੀ ਹੈ, ਕੋਈ ਖਾਸੀ ਹੋ ਗਈ ਜਿਹੜੀ ਸਪੈਸ਼ਲ ਮੈਨੂੰ ਗੱਲ ਕਰਨੀ ਤੁਸੀਂ? ਉਹ ਫੋਨ ਆਇਆ ਬੱਚਿਆਂ ਦੀ ਮੈਡਮ ਦਾ ਉੱਥੇ ਸਕੂਲੋਂ, ਹੋਸਟਲ ਚੋਂ। ਕਿਉਂ, ਠੀਕ ਹੈ ਬੱਚੇ ਮੇਰੇ? ਉਹ ਕਹਿੰਦੇ ਆ ਕਿ 10-15 ਬੱਚਿਆਂ ਨੂੰ ਛੁੱਟੀਆਂ ਪਈਆਂ ਵਾ ਤੇ ਲੈ ਜਾਓ, ਤੇ ਪਿੱਛੇ ਜੇ ਛੁੱਟੀਆਂ ਪਈਆਂ ਸੀ ਤੇ ਆਪਾਂ ਇਸ ਕਰਕੇ ਨਹੀਂ ਲਿਆਏ ਤੇ ਆਪਣੀ ਕੰਡੀਸ਼ਨ ਕੀ ਆ, ਇੱਕੋ ਕਮਰੇ ਚ ਕਿਵੇਂ ਆਪਾਂ ਗੁਜ਼ਾਰਾ ਕਰਦੇ ਤੇ ਬੱਚੇ? ਮੈਂ ਸੋਚਣ ਡਿਆ ਵਾ ਕੀ ਕਹਾਂਗੇ ਉਹਨਾਂ ਨੂੰ, ਬੱਚੇ ਕਿੱਥੇ ਰਹਿਣਗੇ, ਕਿੱਥੇ ਖੇਡਣਗੇ, ਕਿੱਥੇ ਤੁਰਨ ਫਿਰਨਗੇ? ਉਹਨਾਂ ਨੇ ਕੀ, ਉਹਨਾਂ ਨੂੰ ਆਪਣੇ ਵੱਡੇ ਘਰ ਦੀ ਆਦਤ ਪਈ ਹੈ, ਖੁੱਲੇ ਡੁੱਲੇ ਏਸੀਆਂ ਥੱਲੇ ਬਹਿਣਾ ਤੇ ਇੱਥੇ ਕੀ ਕਰਨਗੇ? ਉਹੀ ਤੇ ਮੈਂ ਸੋਚਣ ਡਿਆ ਵਾ ਕੀ ਕਹਾਂਗੇ, ਆਪਣੇ ਖਾਣ ਪੀਣ ਦਾ ਪਤਾ ਨਹੀਂ ਹੁੰਦਾ, ਕਿਵੇਂ ਲਿਆਈਏ ਉਹਨਾਂ ਨੇ ਇੱਥੇ, ਕਿਵੇਂ ਰੱਖਾਂਗੇ, ਕੀ ਕਹਾਂਗੇ? ਹੋਰ ਭਾਈ ਅੱਗੇ ਕੰਮ ਕਰਕੇ ਹਿਸਾਬ ਦਾ ਹੀ ਹੈ, ਠੀਕ ਸਾਡੇ ਵਾਸਤੇ ਤਾਂ ਹਿਸਾਬ ਦਾ ਹੀ ਹੈ, ਤੇ ਖਰਚਾ ਪਾਣੀ ਸਾਡੇ ਵਾਂਗ ਥੋੜ੍ਹੀ ਉਹਨਾਂ ਨੇ ਖੁੱਲਾ ਕਰ ਲੈਣਾ ਜੋ ਆਪਾਂ ਖਰਚਾ ਕਰਦੇ ਹਾਂ। ਉਹਨਾਂ ਨੇ ਬੱਚਾ ਨੀ ਕਹਿਣਾ, ਆਪਾਂ ਨਾਨੀ ਘਰ ਅੱਗੇ ਕਿਹੜਾ ਆਉਂਦੇ ਸੀ ਖੁਸ਼ ਹੋ ਕੇ, ਅੱਗੇ ਕਲਪਦੇ ਆ ਕਿ ਜੋ ਆਪਣਾ ਘਰ ਹੁੰਦਾ ਆਪਣਾ ਹੀ ਹੈ, ਤੇ ਛੁੱਟੀਆਂ ਕੱਟਣ ਨਾਨੀ ਘਰ ਥੋੜੀ ਜਾ ਜਾਂਦਾ, ਅੱਜ ਕੱਲ੍ਹ ਦੇ ਬੱਚੇ ਨੀ ਪਸੰਦ ਕਰਦੇ, ਤੁਹਾਨੂੰ ਤੇ ਪਤਾ ਹੀ ਹੈ। ਅੱਗੇ ਕਿਹੜਾ ਬੱਚੇ ਆ ਕੇ ਖੁਸ਼ ਹੁੰਦੇ ਸੀ ਨਾਨੀ ਘਰ, ਜਦੋਂ ਇਹ ਮਾਂ ਮੇਰੀ ਕਹਿੰਦੀ ਸੀ ਬੱਚਿਆਂ ਨੂੰ ਲੈ ਕਿਤੇ ਵਰੇ ਸ਼ਮਾਈ ਨੂੰ ਆ ਵੀ ਜਾਂਦੇ ਸੀ, ਖਿੱਚ ਖਿੱਚ ਕੇ ਲਿਆਂਦੇ ਸੀ, ਪਹਿਲੇ ਕਲੇਸ਼ ਘਰੇ ਪਾ ਕੇ ਚੱਲੋ ਨਾਨੀ ਘਰ, ਚੱਲੋ ਨਾਨੀ,
ਹੁਣ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਆਪਾਂ ਤੇ ਇੱਥੇ ਪੱਕੇ ਹੀ ਰਹਿਣਾ ਵੇ ਤੇ ਉਹਨਾਂ ਨੇ ਤੇ ਮੈਨੂੰ ਹੀ ਨੋਚ ਨੋਚ ਕੇ ਖਾਏ ਨੇ। ਭਾਬੀ ਸ਼ਮੀ ਬੜਾ ਚਿੜ ਚਿੜ ਕਰਦੀ ਬੱਚਿਆਂ ਤੋਂ, ਹੁਣ ਉਹਨਾਂ ਨੂੰ ਕੀ ਕਵੇ ਬੰਦਾ। ਭਾਬੀ ਸ਼ਮੀ ਦੀ ਤੇ ਫਿਲਹਾਲ ਗੱਲ ਛੱਡੋ, ਮੈਨੂੰ ਤੇ ਬੱਚਿਆਂ ਦੀ ਟੈਨਸ਼ਨ ਪਈ ਆ, ਉਹ ਇਹ ਹਾਲਾਤਾਂ ਚ ਰਹਿਣਾ ਨੀ ਉਹਨਾਂ ਨੇ। ਉਹਨਾਂ ਨੇ ਰਹਿਣਾ ਇਹ ਹਾਲਾਤਾਂ ਚ, ਮੈਨੂੰ ਪਤਾ ਆ। ਬਾਕੀ ਘਰ ਦਾ ਮਾਹੌਲ ਵੀ ਇਹੋ ਜਿਹਾ ਹੀ ਹੈ, ਘਰ ਦਾ ਮਾਹੌਲ ਤੇ ਉਹ ਤੇ ਬਾਅਦ ਚ ਸੋਚਾਂਗੇ। ਬੱਚਿਆਂ ਨੇ ਪਹਿਲੇ ਉਹਨਾਂ ਨੇ ਨੀ, ਉਹਨਾਂ ਕਹਿਣਾ ਆਪਣੇ ਘਰ ਚੱਲੋ, ਉਹਨਾਂ ਨੇ ਅਰੇਂਜ ਕਰਕੇ ਉਹਨੂੰ ਰਹਿਣ ਦੀ ਉੱਥੇ। ਜੋ ਆਪਾਂ ਆਤਾ ਪਾ ਚੁੱਕੇ ਆਪਣੇ ਬੱਚਿਆਂ ਨੂੰ, ਉਹਨਾਂ ਨੇ ਕਿੱਥੋਂ ਖਾਣੀ ਆ ਦਾਲ ਫੁਲਕਾ? ਉਹਨਾਂ ਦੇ ਸੰਗੋ ਨੀ ਉਤਰਨਾ, ਉਹਨਾਂ ਦੇ ਬਾਜ਼ਾਰੀ ਖਾਣ ਦੀ ਆਦਤ ਪਈ ਆ। ਉਹਨਾਂ ਨੇ ਮਿੰਟ ਬਾਅਦ ਕਹਿਣਾ ਆਨਲਾਈਨ ਸਾਨੂੰ ਪੀਜ਼ਾ ਮੰਗਾ ਦਿਓ, ਕਿੱਥੋਂ ਪੀਜ਼ੇ ਆਣੇ ਹੁਣ? ਗੱਡੀ ਚਲ ਜਾਣਾ, ਗੱਡੀ ਚ ਆ ਜਾਣਾ, ਉਹ ਲੈਣਾ ਉਹ ਲੈਣਾ, ਹੁਣ ਕਿਹਨੂੰ ਕਹਿਣਗੇ, ਕਿਵੇਂ ਕਹਿਣਗੇ? ਹੁਣ ਅਸੀਂ ਗਾੜੀ ਸਾਨੂੰ ਕੁਛ ਅਰੇਂਜ ਮੈਂ ਕੀ ਕਰਾਂ ਹੁਣ? ਕਿੱਥੇ ਕਿੱਥੇ ਰਹੀਏ, ਕੋਈ ਰਹਿ ਗਿਆ ਘਰ? ਖਾਣ ਪੀਣ ਦਾ ਵੇਖਾਂਗੇ ਉਹਨਾਂ ਦਾ ਤੇ ਹੋਟਲਾਂ ਦਾ ਵੇਖਾਂਗੇ। ਯਾਰ ਦੋਸਤ ਨੂੰ ਕਿਤੇ ਕੋਈ ਦੇਖ ਲੋ, ਕੋਈ ਰੈਂਟ ਤੇ ਮਿਲ ਜਾਵੇ ਥੋੜੀ ਦੇਰ। ਕੋਠੀ ਚੇਂਜ ਕਰਦੀ ਬੇਟਾ, ਕੋਠੀ ਚੇਂਜ ਕਰਦੀ ਆ, ਉਹਨੂੰ ਇਹੀ ਕਹਿ ਦਾਂਗੇ, ਪੁਰਾਣੀ ਹੋ ਗਈ ਆ। ਮੈਂ ਤੇ ਕਹਿੰਨੀ ਵੀ ਆ ਕੋਈ ਨਾ ਰੈਂਟ ਤੇ ਵੇਖ ਲੋ ਜਗ੍ਹਾ। ਰੈਂਟ ਤੇ? ਤੇਰਾ ਦਿਮਾਗ ਖਰਾਬ ਹੋ ਗਿਆ? ਉੱਥੇ ਆਪਾਂ ਰੈਂਟ ਦੇਵਾਂਗੇ ਕਿ ਸੌਦਾ ਸਟਾਵਾਂਗੇ, ਚੰਗਾ ਪਾਵਾਂਗੇ ਕਿ ਬਿੱਲ ਦੇਵਾਂਗੇ? ਦੱਸ, ਇੱਥੇ ਸਭ ਕੁਛ ਫ੍ਰੀ ਆ, ਉੱਥੇ ਚੰਗਾ ਖਾਣਾ ਵੀ ਪੈਣਾ ਵਾ, ਇੱਥੇ ਤੇ ਸਭ ਕੁਛ ਰਣਜੀਤ ਦਾ ਵਾ, ਇੱਥੇ ਤੇ ਫ੍ਰੀ ਆ ਸਭ ਕੁਛ, ਨਾ ਸਾਨੂੰ ਬੱਤੀ ਦਾ ਬਿੱਲ, ਨਾ ਕੋਈ ਆਉਣ ਜਾਣ ਦਾ ਹੈ, ਨਾ ਕੋਈ ਸੌਦਾ ਸਟਾਉਣਾ ਇੱਥੇ। ਦੱਸ, ਨਾ ਇੱਥੇ ਕੋਈ ਸਾਨੂੰ ਰੈਂਟ ਪੈਂਦਾ। ਸਹੀ ਗੱਲ ਹੈ, ਇੱਥੇ ਸਾਨੂੰ ਕੋਈ ਖਰਚਾ ਵੀ ਨਹੀਂ ਹੈਗਾ ਤੇ ਸਾਡਾ ਇੰਨਾ ਤੇ ਆਪਾਂ ਖਰਚਾ ਕਰ ਵੀ ਨਹੀਂ ਸਕਦੇ। ਜਿਹੜੇ ਹਿਸਾਬ ਨਾਲ ਤੂੰ ਕਹਿੰਦੀ ਏਦਾਂ ਆਪਣੀ ਗੱਡੀ ਨਹੀਂ ਚੱਲਣੀ, ਇਹ ਜਿੱਦਾਂ ਆਪਣੀ ਗੱਡੀ ਚੱਲਣੀ ਏਦਾਂ ਚੱਲਣ ਦੇ। ਹੁਣ ਤੇ ਭਾਈ ਤੁਹਾਡੇ ਹੱਥਾਂ 'ਚ ਹੈ, ਤੂੰ ਆਪਾਂ ਇਹ ਕਦਮ ਤੇ ਚੁੱਕਣਾ ਹੀ ਨਹੀਂ। ਇਸ ਕਰਕੇ ਤੇ ਭਾਈ ਨੂੰ ਆਪਣੇ ਹੱਥਾਂ 'ਚ ਕੀਤਾ ਵਾ, ਅਜੇ ਥੋੜ੍ਹਾ ਥੋੜ੍ਹਾ ਨਾ, ਹੁਣ ਆਪਾਂ ਬਹੁਤਾ ਬਹੁਤਾ ਕਰ ਲੈਣਾ ਵਾ, ਠੀਕ ਹੈ ਨਾ? ਆਹੋ, ਤੂੰ ਉਹਦੀ ਟੈਨਸ਼ਨ ਛੱਡ ਦੇ, ਵੇਖਿਆ ਨਾ ਅੱਗੇ ਕਿੱਦਾਂ ਗੇਮ ਘੁਮਾਈ ਆ, ਉਵੇਂ ਹੀ ਗੇਮ ਘੁੰਮਦੀ ਰਹੂਗੀ ਬਸ, ਠੀਕ ਹੈ ਨਾ? ਘਰ ਦਾ ਮਾਹੌਲ ਵਧੀਆ ਹੀ ਬਣ ਗਿਆ ਹੋਇਆ ਹੁਣ ਤੇ, ਹੋਰ ਕੀ। ਹੁਣ ਤੇ ਕੋਈ ਸ਼ਮੀ ਭਾਬੀ ਨਾਲ ਨਾ ਰਾਣੀ ਵਿੱਚ ਨਾ ਗੱਲ ਕਰਦੀ ਹੈ, ਆਪਸ 'ਚ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਵੀ ਨਹੀਂ ਕੋਈ ਖਾਸ। ਤੇ ਹੁਣ ਬਣਿਆ ਕੀ ਉੱਧਰ? ਬਣਿਆ ਛੱਡੋ, ਇਹਨਾਂ ਦਾ ਇੰਝ ਹੀ ਹੈ, ਮਾਹੌਲ ਖਰਾਬ ਹੀ ਹੈ, ਮੈਨੂੰ ਤਾਂ ਖਰਾਬ ਹੀ ਨਜ਼ਰ ਆਉਂਦਾ ਵੇ ਇੱਥੇ, ਨਹੀਂ ਚਾਰ ਦਿਨ ਵੀ ਨਹੀਂ ਕੱਟਣੇ ਇਹਨੇ। ਆਪਣਾ ਮਾਹੌਲ ਤਾਂ ਇਹ ਚੰਗਾ ਜੀ, ਉਹਨਾਂ ਦਾ ਖਰਾਬ ਰਹੂਗਾ ਜੀ। ਆਹੋ, ਤਾਂ ਹੀ ਆਪਾਂ ਵਧੀਆ ਜੀਵਾਂਗੇ ਜੇ ਇਹਨਾਂ ਦੀ ਸੈਟਿੰਗ ਹੋ ਗਈ ਨਾ ਆਪਸ 'ਚ ਬੋਲ ਚਾਲ, ਤੇ ਸਾਡਾ ਕੰਮ ਖਰਾਬ, ਫਿਰ ਸਾਡਾ ਕੰਮ ਵਿਗੜ ਜਾਣਾ ਜੀ, ਫਿਰ ਅੱਗੇ ਅੱਗੇ ਧੱਕਿਆਂ ਜੋਗੇ ਰਹਿ ਜਾਣਾ ਆਪਾਂ। ਠੀਕ ਹੈ ਨਾ? ਇਹਨਾਂ ਦਾ ਮਾਹੌਲ ਖਰਾਬ ਹੀ ਹੈ, ਕਿਰਪਾ ਖਰਾਬ ਹੀ ਰਵੇ। ਚਲੋ, ਮੈਂ ਹੱਥ ਜੋੜਦਾ ਰੱਬ ਵਾਲੀ ਵੀ ਇਹਨਾਂ ਦਾ ਮਾਹੌਲ ਖਰਾਬ ਹੀ ਰਵੇ। ਆਹੋ, ਚਲੋ ਮੈਂ ਨਾ ਪਾਣੀ ਲੈ ਕੇ ਆਉਂਦੀ। ਪਾਣੀ ਲੈਣ ਦੀ ਇਹ ਪਾਈ ਨੂੰ ਮੈਂ ਆਪਣੇ ਹੱਥਾਂ ਅਟਕਾਰ ਹੀ ਲੈਣਾ ਵਾ। ਜੇ ਸ਼ਮੀ ਭਾਬੀ ਘਰ ਚੋਂ ਨਿਕਲੂਗੀ ਨਾ, ਫਿਰ ਹੀ ਇੱਥੇ ਰਹਿ ਸਕਦੇ ਹਾਂ, ਅਤੇ ਜੇ ਸ਼ਮੀ ਭਾਬੀ ਸਾਨੂੰ ਕੱਢੂਗੀ, ਸਾਨੂੰ ਅਸੀਂ ਕਿੱਥੇ ਜਾਣਾ ਵਾ, ਅਸੀਂ ਤਾਂ ਇੱਥੇ ਹੀ ਰਹਿਣਾ ਵਾ। ਜਿਵੇਂ ਅਸੀਂ ਰਾਣੇ ਭਾਜੀ ਨੂੰ ਕਹਾਂਗੇ ਨਾ,
ਰਾਣਾ ਭਾਜੀ ਤੇ ਉਵੇਂ ਕਰੂਗਾ, ਅਸੀਂ ਤੇ ਨਹੀਂ ਨਿਕਲਦੇ। ਸ਼ੰਮੀ ਭਾਬੀ ਬੇਸ਼ੱਕ ਨਿਕਲ ਜੇ ਤੇ ਜਾਂ ਉਹਨੂੰ ਕੱਢਦੇ ਭਾ ਰਾਣਾ ਭਾਜੀ, ਅਸੀਂ ਤੇ ਆਪਣੇ ਉਂਗਲਾਂ 'ਤੇ ਨਚਾਵਾਂਗੇ ਰਾਣੇ ਭਾਜੀ ਨੂੰ। ਵੇਖੀ ਕਿੱਦਾਂ ਨੱਚਦਾ। ਮੇਰਾ ਦਿਮਾਗ ਇੰਨੀ ਟੈਨਸ਼ਨ ਨਾਲ ਭਰਿਆ ਹੀ ਰਹਿੰਦਾ। ਹੁਣ ਸੋਨੂੰ ਨੇ ਮੈਨੂੰ ਦੱਸ ਕੇ ਬੱਚਿਆਂ ਦਾ ਤਾਂ ਇੱਕ ਹੋਰ ਟੈਨਸ਼ਨ ਮੇਰੇ ਦਿਮਾਗ 'ਚ ਪਾ ਦਿੱਤੀ। ਜੇ ਕਿਤੇ ਬੱਚਿਆਂ ਨੂੰ ਲੈ ਆਈਏ ਇੱਥੇ ਤੇ ਨਾ ਉਹ ਵੀ ਸਿਆਪਾ, ਜੇ ਨਾ ਲਿਆਵਾਂ ਤੇ ਉਹ ਵੀ ਵੱਡੀ ਟੈਨਸ਼ਨ ਹੋ ਜਾਂਦੀ ਮੇਰੇ ਵਾਸਤੇ। ਕੀ ਕਰੀਏ, ਕੋਈ ਸਮਝ ਨਹੀਂ ਆਉਂਦੀ ਵੀ ਸੋਨੂੰ ਨੂੰ ਨਾ। ਕਹਿੰਦੀ ਕੋਈ ਨਾ ਕੋਈ ਗੇਮ ਘੁਮਾ, ਇਹ ਵੀ ਮਸਲੇ ਦਾ ਹੱਲ ਕੱਢ, ਮੈਂ ਤੇ ਬੱਚਿਆਂ ਨੂੰ ਮਿਲਣਾ ਹੀ ਮਿਲਣਾ, ਮੇਰਾ ਜੀ ਨਹੀਂ ਲੱਗਦਾ ਪਿਆ ਬੱਚਿਆਂ ਨੂੰ। ਪਾਣੀ? ਹਾਂਜੀ, ਮੈਨੂੰ ਨਾ ਇੱਕ ਆਈਡੀਆ ਆਇਆ ਹੀ ਹੈ, ਬੜਾ ਵਧੀਆ ਆਈਡੀਆ। ਕਿਹੜਾ ਆਈਡੀਆ ਲੈਂਦਾ ਹੈ ਨਾ? ਲੈ ਕੋਈ ਨਾ ਕਿਤੇ ਸੋਚਣਾ ਹੀ ਪੈਂਦਾ, ਹੁਣ ਹੱਕ ਦੇ ਹੱਥ ਧਰ ਕੇ ਥੋੜ੍ਹੀ ਨਾ ਬੈਠੇ ਰਹਿਣਾ। ਚਲ ਸ਼ੁਕਰ ਹੈ ਤੂੰ ਕੁਛ ਸੋਚਿਆ, ਦੱਸ। ਮੈਂ ਨਾ ਬੱਚਿਆਂ ਨੇ ਆਉਣਾ ਹੈ ਤੇ ਮੈਨੂੰ ਉਦੋਂ ਦੀ ਟੈਨਸ਼ਨ ਹੀ ਅੰਦਰੋਂ ਅੰਦਰ ਖਾਈ ਜਾਂਦੀ ਵੀ ਹੈ। ਉਹ ਤਾਂ ਮੈਨੂੰ ਵੀ ਪਤਾ ਆ। ਆਹੋ, ਤੇ ਮੇਰਾ ਵੀ ਦਿਲ ਤਾਂ ਕਰਦਾ ਹੀ ਹਰ ਮਾਂ ਦਾ ਮਿਲਣ ਨੂੰ ਬੱਚੇ, ਕਿਹੜੀ ਮਾਂ ਦਾ ਦਿਲ ਨਹੀਂ। ਦੱਸ ਤੂੰ ਕਿਹੜੀ ਹੈ? ਮੈਂ ਕਹਿੰਦੀ ਹਾਂ ਇੰਝ ਕਰੋ ਤੁਸੀਂ ਨਾ ਸ਼ੰਮੀ ਭਾਬੀ ਨੂੰ ਹੱਥਾਂ ਦੇ ਪਾਉਂਦੇ ਆਪਾਂ। ਸ਼ੰਮੀ ਭਾਬੀ? ਉਹ ਹੱਥਾਂ ਦੇ? ਓਏ ਉਹ ਸਾਡੇ ਯਕੀਨ ਕਰੂਗੀ ਜੋ ਕੁ ਹੋਇਆ ਏਡੀਐਮ ਵਾਲਾ ਸਿਆਪਾ? ਉਹ ਤਾਂ ਸਾਨੂੰ ਵੇਖ ਕੇ ਖੁਸ਼ ਨਹੀਂ ਹੈ। ਪਰ ਮੈਂ ਕਿਹਾ ਸ਼ੰਮੀ ਭਾਬੀ ਨੂੰ ਹੱਥਾਂ ਦੇ ਪਾਉਣ ਲੱਗੇ ਤੇ ਵੇਖੀਏ ਕੀ ਕਰਨਾ। ਤੂੰ ਕੰਮ ਕੀ ਦੱਸ ਕੀ ਆ? ਕੰਮ ਕੀ, ਕੋਠੇ ਕਮਰਾ ਬਣਵਾਉਂਦੇ ਹਾਂ ਇੱਕ, ਅਲੀਸ਼ਾਨ ਆਪਣਾ ਕੋਠੇ ਪੋਸ਼ਣ ਤਿਆਰ ਕਰਵਾਉਂਦੇ ਹਾਂ। ਗੱਲ ਤਾਂ ਤੇਰੀ ਸਹੀ ਹੈ, ਤੇ ਤੂੰ ਸ਼ੰਮੀ ਭਾਬੀ ਨੂੰ ਕੀ ਕਹਿਣਾ? ਇਹਦੀ ਗੱਲ ਛੱਡ, ਰਣਜੀਤ ਭਾਜੀ ਆਪਣੇ ਹੱਥਾਂ 'ਚ ਆ, ਤੂੰ ਆਪਾਂ ਮੰਮੀ ਨੂੰ ਕਰਦੇ ਹਾਂ ਸਲਾਹ ਵੀ ਮੰਮੀ ਸਾਨੂੰ ਉੱਤੇ ਕਮਰਾ ਪਾ ਕੇ ਦੇ, ਅਸੀਂ ਥੱਲੇ ਨਹੀਂ ਰਹਿਣਾ, ਅਸੀਂ ਉੱਤੇ ਰਹਿਣਾ ਕੋਠੇ ਦੇ। ਹੋਰ ਕੀ, ਸਾਡੀ ਕੋਈ ਸੈਪਰੇਟ ਆਪਣੀ ਲਾਈਫ ਹੋਵੇ, ਆਪਾਂ ਕੋਠੇ ਆਪਣਾ ਵੱਖਰਾ ਰਹੀਏ। ਆਹੋ, ਹਨਾ, ਥੱਲੇ ਦੀ ਕਿਚਕਿਚ ਵੀ ਖਤਮ ਹੋ ਜਾਏ। ਬੱਚੇ ਨੂੰ ਲੈ ਸਕਦੇ ਨਾ? ਹੋਰ ਕੀ, ਜਦੋਂ ਮਰਜ਼ੀ ਬੱਚੇ ਸਾਡੇ ਆਉਣ, ਫਿਰ ਕਦੀ ਟੈਨਸ਼ਨ ਨਾ ਸਾਨੂੰ। ਫਿਰ ਵਧੀਆ ਉੱਤੇ ਰੂਮ ਬਣਾ ਦੇਣ ਵਾਲੇ। ਹਾਂ, ਤੇ ਨਾਲੇ ਜੇ ਬਣਾ ਕੇ ਦਿੰਦੇ ਸਿੱਧੇ ਦੀ ਠੀਕ ਆ, ਨਹੀਂ ਤੇ ਫਿਰ ਕਵਾਂਗੇ ਸਾਡਾ ਹਿੱਸਾ ਰੱਖੋ, ਇਹ ਜਵਾਈ ਆ। ਹੁਣ ਇਹ ਤਰ੍ਹਾਂ ਬੰਦਾ ਹੀ ਹੈ। ਉਹ ਤੇ ਚਲੋ ਬੰਦਾ, ਪਰ ਮੈਂ ਤੇ ਕਹਿੰਦੀ ਪਰ ਕੀ ਹੁਣ ਪਰ ਕੀ ਜੋ ਕੰਮ ਹੈ ਕਾਇਆ ਕਹਿਣਾ ਸਿੱਧਾ ਨੂੰ ਸਿੱਧੇ ਤਰੀਕੇ ਮੰਨ ਜਨ ਤੇ ਵਧੀਆ ਹੀ ਹੈ, ਲੜਾਈ ਚ ਮੈਂ ਉਹੀ ਗੱਲ ਕਰਾਂਦਾ ਜੇ ਮੰਨਦੇ ਠੀਕ ਹੈ, ਨਹੀਂ ਤੇ ਫਿਰ ਤੂੰ ਕਹੀਂ ਨਾ ਉਹਨੂੰ ਤੇ ਸਾਡਾ ਹਿੱਸਾ ਦੋ, ਫਿਰ ਸਾਨੂੰ ਪਾ ਕੇ ਦੋ ਉੱਤੇ ਜਾਂ ਬਾਹਰ ਪਾ ਕੇ ਦੋ ਕਿਤੇ। ਹਾਂ, ਗੁਰਬੀ ਦਾ ਬਾਬੂ ਹੋਰ ਚਾਰਾ ਵੀ ਨਹੀਂ ਹੈਗਾ, ਇਹੋ ਚਾਰਾ ਵਾ। ਚਾਰਾ ਤੇ ਵਾਕਈ ਨਹੀਂ ਹੈਗਾ। ਆਹੋ, ਕਿੰਨੀ ਦੇਰ ਆਪਾਂ ਇਹਨਾਂ ਦੇ ਪੋਸ਼ਣ 'ਚ ਹੀ ਰਹਿੰਦੇ ਰਹੀਏ, 24 ਘੰਟੇ ਮੈਨੂੰ ਫਿਰ ਉਹੀ ਨਜ਼ਰ ਆਉਂਦੀ ਹੈ ਤੇ ਘੁੰਮਦੀ ਮੂੰਹ ਵੱਟਦੀ ਰਹਿੰਦੀ ਮੈਨੂੰ ਵੇਖ ਕੇ। ਸਲਾਹ ਤੇ ਸਹੀ ਆ, ਆਪਾਂ ਕੰਮ ਇਹੀ ਕਰਨਾ ਵਾ, ਰਣਜੀਤ ਭਾਈ ਨੂੰ ਆਪਾਂ ਹੱਥਾਂ 'ਚ ਹੈਗਾ ਵਾ, ਮੰਮੀ ਨਾਲ ਗੱਲ ਕਰਨੀ ਆ, ਮੰਮੀ ਜੀ ਆਹ ਗੱਲ ਆ, ਸਾਡੇ ਨਾਲ ਗੱਲ ਕਰੋ, ਉੱਤੇ ਹੁਣ ਕਮਰਾ ਪਾ ਦੇ ਦਿਓ, ਸਾਡਾ ਨਹੀਂ ਹੁਣ ਸਰਦਾ ਇਹ, ਸਾਡਾ ਸਰਦਾ ਹੀ ਨਹੀਂ ਆ। ਕੱਲ ਨੂੰ ਸਾਡੇ ਬੱਚੇ ਵੀ ਆਉਣੇ ਇੱਥੇ, ਏਸੀ ਲਵਾ ਕੇ ਬੰਦਾ ਆਪਣੇ ਕਮਰੇ ਬੈਠਾ ਰਹਿੰਦਾ। ਆਹ ਸਿੜੀ ਸਿਆਪੇ ਕਰਕੇ ਅਸੀਂ ਆਪਣੇ ਬੱਚੇ ਨਹੀਂ ਲੈ ਕੇ ਆਉਂਦੇ। ਹੋਰ ਕਿੰਨਾ ਹੈ ਜੱਬ ਖਾਨੇ ਕਰਕੇ, ਸਾਡੇ ਬੱਚੇ ਕਿੰਨੀ ਦੇਰ ਹੋ ਗਈ ਮਿਲੇ ਨਹੀਂ ਮੈਂ। ਕੋਈ ਗੱਲ ਨਹੀਂ, ਹੁਣ ਕਹਿੰਦੇ ਹਾਂ ਭਾਈ ਨੂੰ ਆਉਂਦਾ ਨਾ ਤੇ ਮੈਨੂੰ ਚੇਤਾ ਕਰਾਈ, ਜੇ ਕਰੂੰ ਨਾਲ ਨਾ ਚੇਤਾ ਰਿਹਾ ਤੇ ਚੇਤਾ ਕਰਾਉਣਾ ਮੈਨੂੰ। ਹਿਸਾਬ ਨਾ ਕਹਿਣਾ, ਲੜਨ ਨਾ ਪੈਣਾ। ਉਹ ਲੜਨ ਮੈਂ ਤੇਰੇ ਤੇ ਗੁੱਸਾ ਬੜੀ ਜਲਦੀ ਆਉਂਦਾ, ਮੈਂ ਸਮਝਾਇਆ ਨਾ। ਤੈਨੂੰ ਨਹੀਂ ਪਤਾ ਉਹਨੂੰ ਮੈਂ ਹੱਥਾਂ ਹੇਠ ਕੀਤਾ ਵਾ, ਕੋਈ ਗੱਲ ਨਹੀਂ ਹੈ। ਪਤਾ ਨਹੀਂ ਹੁੰਦਾ ਹੱਥਾਂ 'ਚ ਨਿਕਲ ਲੱਗਿਆ, ਪਤਾ ਨਹੀਂ ਲੱਗਦਾ। ਬਸ ਸ਼ਮੀ ਭਾਬੀ ਦੇ ਕੰਨੀ ਗੱਲ ਨਾ ਪਾਓ ਬਸ, ਠੀਕ ਹੈ ਨਾ? ਉਹਦੇ ਨਹੀਂ ਕਰਨੀ ਪੈਂਦੀ, ਉਹ ਤਾਂ ਅੱਗੇ ਬੜੀ ਔਖੀ ਸੜ ਤੂੰ, ਇਹਨਾਂ ਦਾ ਮੂੰਹ ਤੇ ਰੋਟੀ ਪਾਣੀ ਪੱਕਿਆ ਹੋਇਆ ਇਹਨਾਂ ਦਾ ਵਾ। ਮੂੰਹ ਉੱਤੇ ਇਹਨੂੰ ਵੱਟ ਬਣਾਉ ਨਾ ਕਿ ਮੂੰਹ ਬਣਾਉ ਨਾ ਕਿ ਲੰਘਦੀ ਹੋ ਨੰਗਨ ਦੇ ਨੰਗਨ ਦੇ ਜਿਵੇਂ, ਪਤਾ ਨਹੀਂ ਮੈਨੂੰ ਖਾ ਹੀ ਜਾਣਾ ਇਹਨੇ ਕੱਚਾ। ਕੋਈ ਨਹੀਂ ਆ, ਖਾਣ ਦੇ ਨਹੀਂ ਆ, ਹੱਥ ਨਾ ਫੜ ਲਵਾਂ ਮੂੰਹ ਨਾ ਨੋਚ ਦਵਾਂ ਇਹਨੂੰ, ਇਹ ਕਰੋਂ ਕਢਾ ਗਿਆ ਡਾਂਗੇ ਤੋਂ। ਮੈਨੂੰ ਨਾ ਸਭ ਪਤਾ ਹੈ ਇਹਨਾਂ ਕੋ ਕਿਵੇਂ ਹਿੱਸਾ ਲੈਣਾ ਤੇ ਕਢਵਾਉਣਾ ਹੈ, ਜੇ ਸਿੱਧੇ ਤਰੀਕੇ ਨਹੀਂ ਲੈਂਦੇ ਸਭ ਤਰੀਕੇ ਮੈਨੂੰ ਪਤਾ ਹੈ। ਕਿਹੜਾ ਤਰੀਕਾ ਪਤਾ ਤੈਨੂੰ ਦੱਸ? ਉਹ ਨਾ ਤੁਹਾਨੂੰ ਅੱਜ ਸ਼ਾਮ ਨੂੰ ਪਤਾ ਲੱਗ ਜੂਗਾ, ਵੇਖ ਲਾਂਗੇ ਸ਼ਾਮ ਨੂੰ ਕੀ ਬਿੱਲੀ ਬਾਗਦੀ ਲੱਗ ਜੂਗਾ ਪਤਾ। ਸ਼ਾਮ ਹੀ ਕਿਹੜੀ ਦੂਰ ਹੈ, ਜੇ ਪੂਰਾ ਦਿਨ ਲੰਘ ਗਿਆ ਤੇ ਫਿਕਰ ਨਾ ਕਰੋ।
ਸ਼ਾਮ ਤੱਕ ਤੁਹਾਨੂੰ ਪਤਾ ਲੱਗ ਜੂ। ਕੋਈ ਗੱਲ ਨਹੀਂ ਆ, ਪਰ ਤੀਰ ਟਿਕਾਣੇ ਲਾਈ, ਪਰ ਮੈਨੂੰ ਯਕੀਨ ਹੈ ਤੇਰੇ ਤੇ, ਤੀਰ ਟਿਕਾਣੇ ਲਾਏਗੀ ਤੂੰ। ਯਕੀਨ ਰੱਖੋ, ਯਕੀਨ ਹੈ ਨਾ, ਤੇ ਯਕੀਨ ਰੱਖੋ ਵੇ, ਟੈਨਸ਼ਨ ਕਾਹਦੀ। ਤਾਂ ਮੈਂ ਦੂਜਾ ਸਵਾਲ ਨਹੀਂ ਕੀਤਾ ਤੈਨੂੰ। ਹਾਂ ਮੈਨੂੰ ਪਤਾ ਤੂੰ ਕੰਮ ਕਰ ਹੀ ਦੇਣਾ, ਠੀਕ ਹੈ। ਬੇਫਿਕਰ ਹੋ, ਕੰਮ ਪੱਕਾ ਹੈ, ਗਰੰਟੀ ਵਾਲਾ ਹੀ ਹੋਊਗਾ। ਕੋਈ ਗੱਲ ਨਹੀਂ, ਗਰੰਟੀ ਵਾਲਾ ਕਰੀ, ਕੋਈ ਗੱਲ ਨਹੀਂ। ਭਾਬੀ ਰੋਟੀ ਦੇਣੀ ਸੀ ਸੋਨੂੰ ਨੂੰ, ਬਣਾਈ ਰੋਟੀ? ਤੇ ਮੈਂ ਕੀ ਕਰਾਂ ਦੇਣੀ ਹੈ? ਬਣਾਓ ਤੇ ਦਿਓ ਤੇ ਬਣਾ ਦਿਓ, ਚਾਰ ਫੁਲਕੇ ਲਾਣੇ। ਕਿਉਂ? ਜਿੱਥੇ ਸਾਰਿਆਂ ਦੇ ਲਾਉਂਦੇ ਉੱਥੇ ਚਾਰ ਫੁਲਕੇ ਸੋਨੂੰ ਦੇ ਵੀ ਲਾ ਦਿਓ। ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ? ਜੇ ਲੱਗੀ ਆ ਨਵੀਂ ਨਵੀਂ ਤੇ ਮੈਂ ਲਾ ਦਿੰਦੀ। ਘਰ ਵਾਲਾ ਆਇਆ ਵਾ ਤੇ ਉਹਨੂੰ ਫੁਲਕਾ ਪਾਣੀ ਲਾ ਕੇ ਦੇ, ਇਹ ਵੀ ਦੂਜਿਆਂ ਸਿਰ ਤੇ ਸਹਾਣਿਆ। ਤੇ ਜਵਾਈ ਤੁਹਾਡੇ ਘਰ ਦਾ ਹੈ ਤੇ ਚਾਰ ਫੁਲਕੇ ਲਾ ਲਓ। ਉਹ ਜਵਾਈ ਹੁੰਦਾ ਇੱਕ ਅੱਧੇ ਦਿਨ ਦਾ, ਇੱਥੇ ਪੱਕੇ ਡੇਰੇ ਜਿਹੜੇ ਲਾ ਕੇ ਨਾ ਉਹ ਜਵਾਈ ਨਹੀਂ ਹੁੰਦੇ, ਲੱਗੀ ਸਮਝ? ਜਵਾਈ ਹੁੰਦਾ ਵੀ ਕਦੀ ਕਦੀ ਆਵੇ, 6 ਮਹੀਨੇ ਚ ਸਾਲ ਚ ਇੱਕ ਵਾਰੀ ਆਵੇ ਬੰਦਾ। ਇੱਥੇ ਤਾਂ ਰੋਜ਼ ਦਾ ਕੰਮ ਹੈ। ਆਪਣੇ ਸਹੁਰੇ ਬੈਠਾ, ਤੇਰੇ ਪੇਕੇ ਨਹੀਂ ਬੈਠਾ। ਮੇਰੇ ਨਾਲ ਮੈਂ ਜ਼ਬਾਨ ਨਾ ਲੜਾਈ, ਮੇਰੇ ਹੱਥ ਜਾਗੀ ਹੁਣ ਕਰਦ, ਮੈਂ ਤੈਨੂੰ ਦੱਸਾਂ। ਤੇ ਵੱਢ ਦੇਗੀ ਮੇਰੇ ਗਲਾਂ? ਤੇ ਮੰਮੀ ਗਏ ਆ ਬਾਹਰ ਕੰਮ, ਤੇ ਫਿਰ ਤੂੰ ਕਹਿਣਾ ਉਹਦੀ ਕੀ ਕੀਤੀ? ਰੋਟੀ ਪਾਣੀ ਲਾ ਦੇ ਉਹਨੂੰ ਦੇ। ਉਹ ਮੈਡਮ ਕਰਦ ਦੀਆਂ ਗਾਲੀਆਂ ਧਮਕੀਆਂ ਲਾਉਂਦੀ ਤੂੰ, ਨਹੀਂ ਕਰਦ ਮੇਰੇ ਹੱਥ ਚ ਵੀ ਆਜੂਗੀ ਫਿਰ। ਗੁਰਪ੍ਰੀਤ ਮੇਰੀ ਗੱਲ ਧਿਆਨ ਨਾ ਸੁਣ ਲਾ, ਮੈਂ ਤੇਰਾ ਮਾਣ ਕਰਨ ਲਈ ਆ ਤੇ ਮਾਣ ਹੀ ਰਹਿਣ ਦੇ। ਉਹ ਨਾ ਆਵੇ ਕੰਮ ਜ਼ਿਆਦਾ ਖਰਾਬ ਹੋ ਜੇ, ਤੇ ਚੁੱਪ ਕਰਕੇ ਰੋਟੀ ਪਕਾ, ਪਤੇਰੀਆਂ ਖਵਾਤੀਆਂ ਪਕਾ। ਮੈਨੂੰ ਕਰਦ ਦੀ ਧਮਕੀ ਲਾਉਣ ਵਾਲੀ, ਤੇਰਾ ਮਤਲਬ ਕੀ? ਮੇਰੇ ਕਰਦ ਮਾਰੇਗੀ ਤੂੰ? ਹੱਥ ਲਾ ਕੇ ਦੋ, ਤੇਰੇ ਹੱਥ ਨਾ ਤੋੜ ਦਵਾਂ। ਨਹੀਂ ਬਣਾਏ ਨਾ ਬਣਾ ਰੋਟੀ, ਧਮਕੀਆਂ ਲਾਉਂਦੀ ਮੈਨੂੰ ਕਰਦ ਦੀਆਂ, ਮੇਰੇ ਹੱਥ ਟੁੱਟੇ ਥੋੜੀ ਬਣਾਉਣਗੀ ਮੈਂ ਆਪਣੇ ਘਰ ਵਾਲੇ ਵਾਸਤੇ ਰੋਟੀ। ਆਉਂਦੀ ਹੈ ਨਾ ਮਾਤਾ, ਸਮਝਾਉਂਦੀ ਹਾਂ ਮੈਂ ਚੰਗੀ ਤਰ੍ਹਾਂ ਕਿ ਆਪਣੀ ਨੂੰਹ ਨੂੰ ਸਾਂਭ ਲੈ, ਐਵੇਂ ਨਾ ਚਪੇੜਾ ਚੁਪੜਾ ਮੇਰੇ ਕੋਲ ਖਾ ਲਵੇ, ਚਾਕੂ ਚੁੱਕੂ ਦੀਆਂ ਧਮਕੀਆਂ ਲਾਉਂਦੀ ਹੈ। ਪਤਾ ਨਹੀਂ ਕੀ ਇਹਦਾ ਮਨ ਚਾਹੁੰਦਾ ਵੇ, ਘਰ ਦੀ ਧੀ ਨੂੰ ਚਾਕੂ ਮਾਰੇਗੀ? ਮੇਰੇ ਮਾੜਾ ਹੀ ਨਿਸ਼ਾਨ ਲਾਵੇ ਤਾਂ ਸਹੀ, ਜਿਹੜਾ ਦੀ ਭਾਵ ਇਹਨੂੰ ਖਵਾਵਾਂਗੀ। ਦੌੜ ਗਈ ਹੁਣ, ਜਵਾਬ ਨਹੀਂ ਆਇਆ ਤੇ ਅੱਗੋਂ ਮੈਨੂੰ ਚਾਕੂ ਮਾਰੇਗੀ। ਹੈਲੋ ਮੀਨੂ। ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਹ ਮੇਰੀ ਇੱਕ ਨਾ ਗੱਲ ਸੁਣ, ਤੂੰ ਕਹਿੰਦੀ ਆ ਕਿ ਵਿਮਲ ਦੀਦੀ ਦੇ ਘਰ ਤੈਨੂੰ ਪਤਾ ਤੂੰ ਗਈ ਹੋਈ ਹੈ। ਚੱਲ ਤੂੰ ਗਈ ਹੋਈ ਹੈ ਨਾ, ਮੈਨੂੰ ਨਾ ਦੱਸੀ ਇਹਦਾ ਡਰੈਸ ਉਹਨਾਂ ਦਾ ਕੀ ਹੈ। ਨਹੀਂ ਨਹੀਂ ਮੈਨੂੰ ਪਤਾ ਵੇ, ਉਹ ਅਸਲ ਵਿੱਚ ਮੈਂ ਗਈ ਸੀ ਸੋਨੂ ਦੇ ਨਾਲ, ਉਹ ਗਲੀਆਂ ਪਤਾ ਨਹੀਂ ਕਦੀ ਇੱਧਰ ਖੱਬੇ ਮੁੜੋ ਕਦੀ ਸੱਜੇ ਮੁੜੋ, ਉਹ ਗੱਡੀ ਵਿੱਚ ਕਿੱਥੇ ਪਤਾ ਲੱਗਦਾ ਗਲੀਆਂ ਦਾ ਮੈਨੂੰ, ਤੇ ਸੋਨੂ ਕੋਲ ਨਾ ਟਾਈਮ ਨਹੀਂ ਹੈਗਾ। ਤੇ ਮੈਂ ਇਸ ਕਰਕੇ ਕਹਿੰਦੀ ਵੀ ਤੂੰ ਨਾ ਮੈਨੂੰ, ਮੈਂ ਤੇਰੇ ਵੱਲ ਆਵਾਂਗੀ ਕੱਲ੍ਹ, ਤੇ ਤੂੰ ਮੈਨੂੰ ਐਡਰੈਸ ਦੱਸ ਦੇ ਮੇਰੀ ਭੈਣ ਦਾ, ਚੰਗੀ ਤਰ੍ਹਾਂ ਸਮਝਾ ਦੇਗੀ ਨਾ ਤੂੰ, ਤੇ ਫਿਰ ਮੈਂ ਐਕਟਿਵਾ ਤੇ ਹੀ ਹੋਵਾਂਗੀ। ਚੱਲ ਕੱਢ ਲਈ ਟਾਈਮ, ਫਿਰ ਆਵਾਂਗੀ ਮੈਂ ਤੇਰੇ ਵੱਲ ਕੱਲ੍ਹ। ਓਕੇ। ਮਜ਼ਾ ਤਾਂ ਤਾਂ ਮੈਂ ਨਾ ਘਰ ਵਿਮਲ ਦੀਦੀ ਇਕੱਲੇ ਮੈਨੂੰ ਟੱਕਰ, ਉਹ ਕਿਤੇ ਉਹਦੀ ਸੱਸ ਹੀ ਨਾ ਮੱਥੇ ਲੱਗ ਜੇ, ਉਹਦੀ ਸੱਸ ਟੱਕਰ ਗਈ ਨਾ ਉਹਨੇ 100 ਸਵਾਲ ਜਵਾਬ ਮੈਨੂੰ ਪੁੱਛਣੇ, ਉਹ ਤੇ ਹਕੀ ਬੜੀ ਔਂਤਰੀ ਹੈ, ਕਿਤੇ ਉਹ ਮੈਨੂੰ ਇਕੱਲੇ ਟੱਕਰੇ ਨਾ ਫੇਰ ਹੀ ਮਜ਼ਾ ਆਵੇ, ਉਹਨੇ ਤਾਂ ਕੋਈ ਪੱਲਾ ਨਹੀਂ ਫੜਾਉਣਾ ਜੇ ਉਹਦੀ ਸੱਸ ਟੱਕਰ ਗਈ।